जेकर तुसी भी अपने घर नूं सुन्ना छड़ के किसी रिश्तेदारी जां फिर किसी थां घूमण फिरन जाण दी तैयारी कर रहे हो तां रुक जाओ, पहलां इह खबर नूं पूरी ध्यान नाल देख लो, किते तुहाडा भी वड्डा नुकसान ना हो जावे। असल च तस्वीरां लुधियाणा दे जैन कलोनी दीआं ने, जिथे एक परिवार अपने घर नूं ताले मार के रिश्तेदारां नूं मिलन गया सी। उहनां दे जाण तों बाद उहनां दे घर च अद्धी रात नूं कुछ अणपछाते व्यक्तियां ने जो कारा कीता उसनू देख परिवार दे सांह सुक गए, जिसकी घटना सीसीटीवी कैमरे च कैद हो गई। पहला ये देखो वीडियो, फिर थोनू मिलाने आ परिवार दे नाल। हाँ जी, मेरा नाम मोनिका है। असी घर नहीं सी, हॉस्पिटल गए सी, दीदी दी बेटी बीमार सी। असी सुबह आए हैं, जो 5 बजे देखिया कि सारा कुछ बिखरिया पे, खिल रहा पे। मेरे जिंदे विच साडा गोल्ड सीगा, मेरे 3 रिंगा, मेरे हसबैंड दी रिंगा सी 2, मेरे 2-3 टॉपस सीगे गोल्ड दे, चैन सी गोल्ड दी, ते पैसे पए हुए सीगे, वो सारा कुछ लै गए। 4-5 लाख दा हो गया तकरीबन। असी इत्थे भांबिया रोड ते रहिंदे जैन कलोनी। ਘਰ ਦੇ ਵਿੱਚ ਚੋਰ ਆਇਆ, ਉਹਨੇ ਚੋਰੀ ਕੀਤੀ ਹੈ, ਪੂਰਾ ਸਮਾਨ ਖਿਲਾਰਿਆ ਹੋਇਆ ਸੀ ਘਰ ਦਾ, ਤਾਲਾ ਤੋੜਿਆ ਹੋਇਆ ਸੀ, ਉਹਨੇ ਕੈਮਰੇ ਉਹਨੇ ਸਾਰੇ ਬਲੌਕ ਕੀਤੇ ਹੋਏ ਸੀ ਸਾਰੇ, ਔਰ ਕਾਫੀ ਚੋਰੀ ਕਰਕੇ ਗਿਆ ਹੈ। ਬਾਕੀ ਐਗਜੈਕਟ ਡਿਟੇਲ ਜਿਹੜੇ ਓਨਰ ਦੱਸਣਗੇ। ਜਲਜੀਤ ਸਿੰਘ, ਚੋਰੀ ਹੋ ਗਈ ਘਰ ਸਾਡੇ, ਅਸੀਂ ਹੋਸਪਿਟਲ ਸੀਗੇ, ਬੇਟੀ ਬਿਮਾਰ ਸੀਗੀ, ਅਤੇ ਸਵੇਰੇ ਅਸੀਂ ਆਏ ਤਾਂ ਤਾਲੇ ਸਾਰੇ ਟੁੱਟੇ ਹੋਏ ਸੀਗੇ, ਨਾਲ ਤਾਂ ਸਾਡੇ ਗੁਆਂਢੀਆਂ ਦੇ ਘਰ ਤਾਲਾ ਉਡਾ ਕੇ ਬੰਦਾ ਚਲਾ ਗਿਆ, ਅਤੇ ਉਹਨੇ ਪਹਿਲਾਂ ਕੈਮਰੇ 'ਤੇ ਇੱਥੇ ਕੱਪੜਾ ਪਾਇਆ, ਕੈਮਰੇ ਕੱਪੜਾ ਪਿਆ ਹੋਇਆ, ਕੈਮਰੇ 'ਤੇ ਕੱਪੜਾ ਪਿਆ ਹੈ ਜੀ। ਫਿਰ ਉਹਨੇ ਉਹ ਦੂਸਰੇ ਕੈਮਰੇ 'ਤੇ ਕੱਪੜਾ ਪਾਇਆ, ਫਿਰ ਉਹਨੇ ਲੋਕ ਤੋੜਿਆ ਸਾਡਾ ਘਰ ਦਾ, ਅੰਦਰੋਂ ਬਿੰਗਾ ਕੀਤਾ, ਲੋਕ ਦਿਖਾ ਦੇਣਾ ਆ ਜਾਓ, ਅਤੇ ਫਿਰ ਹਾਂਜੀ, ਫਿਰ ਉਸ ਬੰਦੇ ਦੇ ਅੰਦਰ ਜਾ ਕੇ ਸਾਰਾ ਗੋਲਡ ਚੱਕਿਆ ਸਾਡਾ, ਕੈਸ਼ ਸੀਗਾ 80,000 ਰੁਪਇਆ, ਅਤੇ ਰਿੰਗਾਂ ਸੀਗੀਆਂ, 2 ਜੈਂਟਸ ਰਿੰਗਾਂ ਸੀਗੀਆਂ, 1 ਚੈਨ ਸੀਗੀ, 3 ਲੇਡੀਜ਼ ਰਿੰਗਾਂ ਸੀਗੀਆਂ, ਅਤੇ ਘਰ 80,000 ਰੁਪਇਆ ਕੈਸ਼ ਪਿਆ ਸੀ, ਸਾਰਾ ਕੁਛ ਚੱਕ ਕੇ ਲੈ ਗਏ ਉਹ, ਸਾਰਾ ਸਮਾਨ ਖਿਲ ਰਿਹਾ ਪਿਆ ਸਰ। ਹਾਂਜੀ, 4:20 ਦਾ ਟਾਈਮ ਸੀ, 4:20 'ਤੇ ਜਦੋਂ ਉਹਨੇ ਕੈਮਰੇ 'ਤੇ ਪਾਇਆ, ਫੁਟੇਜ ਸਾਰੀ ਹੈਗੀ ਹੈ ਕੈਮਰੇ 'ਚ। ਹਾਂਜੀ, ਪੁਲਿਸ ਮੌਕੇ 'ਤੇ ਹੁਣ ਆਈ ਹੈ, ਸਾਰਾ ਤਫਤੀਸ਼ ਕਰਕੇ ਗਈ ਹੈ, ਜੈਨ ਕਲੋਨੀ ਭਾਮੀਆ ਰੋਡ। ਉੱਧਰ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੀਡੀਓ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇੰਟੀਮੇਸ਼ਨ ਮਿਲੀ ਸੀ ਜੈਨ ਕਲੋਨੀ ਦੇ ਵਿੱਚ, ਕੋਈ ਚੋਰੀ ਹੋਈ ਹੈ ਘਰ ਦੇ ਵਿੱਚ, ਉੱਥੇ ਆਏ ਹਾਂ, ਮੌਕਾ ਵੇਖਿਆ, ਵੇਖ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਨੁਕਸਾਨ ਗੋਲਡ ਵਗੈਰਾ ਸੀ, ਕੁਛ ਕੈਸ਼ ਸੀਗਾ, ਅਤੇ ਹੈ ਜੀ ਹਾਂ ਥੋੜ੍ਹੀ ਹੈਗੀ ਹੈ, ਲਾਈਟ ਹੈਗੀ ਹੈ ਥੋੜ੍ਹੀ, ਇੰਨੀ ਕਲੀਅਰ ਤਾਂ ਹੈ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਹੈ ਜੀ ਹਾਂ ਹਾਂ ਪੜਤਾਲ ਕਰ ਰਹੇ ਹਾਂ ਸਰ, ਦੇਖ ਰਹੇ ਹਾਂ, ਕੋਸ਼ਿਸ਼ ਕਰਦੇ ਹਾਂ। ਆਪਣੇ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਘਰ ਦੀ ਸੁਰੱਖਿਆ ਦੇ ਪ੍ਰਬੰਧ ਜ਼ਰੂਰ ਕਰਕੇ ਜਾਇਓ, ਨਹੀਂ ਤਾਂ ਤੁਸੀਂ ਵੀ ਚੋਰਾਂ ਦਾ ਸ਼ਿਕਾਰ ਹੋ ਸਕਦੇ ਹੋ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।